ਨਾ ਡਾਕਟਰ ਨੂੰ ਗੁਲਾਰਨਾ ਸੀ ਉੱਥੇ। ਚਲੋ ਹੁਣ ਹਿੱਸਾ ਪਾ ਲੈਣ ਦੋ ਕਰ ਕੀ ਰੈਫਰੀ ਜੀ। ਸ਼ਹਿਰਾਮ ਸਾਜਦ ਵੱਟੋਂ ਸ਼ਹਿਬਾਜ਼ ਅਲੀ ਫਾਊਂਡੇਸ਼ਨ ਦਾ ਚੰਡਿਆ ਹੋਇਆ ਸਿਗਰ ਇੰਟਰਨੈਸ਼ਨਲ ਚਸ਼ਾਹੋਰ ਖਿਲਾੜੀ ਪਾਲ ਲਓ ਜੀ। ਦੋ ਨੰਬਰ ਦੇ ਨੌਜਵਾਨ ਦੇ ਨਾਲ ਹੋ ਗਈ ਟੱਕਰ, ਇੱਕ ਪਾਸੇ ਉਹ ਸੀ ਡਾ ਗੱਭਰੂ ਤੇ ਇੱਕ ਪਾਸੇ ਜਨਾਬ ਛੋਟਾ ਜਿਹਾ ਇਸ਼ਾਰੀਆ ਨੰਬਰ ਜਨਾਬ ਇਸ਼ਾਰੀਆ ਸ਼ੇਰਾਂ ਵਾਂਗੂ ਤੇ ਜੱਦ ਚੜੀ ਹੋਈ ਹੈ। ਇਹਦਾ ਨਾਮ ਜਨਾਬ ਰਫੀਕ। ਚੱਲ ਬਈ ਸੋਹਣਿਆ ਬਾਈ ਜਨ ਡੱਬਿਆਂ ਤੋਂ ਥੋੜ੍ਹਾ ਜਿਹਾ ਸਾਇੰਸ ਨਰਾਸ ਲਈ ਮਾਂ ਮਿਹਰਬਾਨੀ। ਰਫੀਕ ਚੁੱਕੀਆਂ ਦੀ ਪਈ ਹੋਈ ਰੇੜ ਹੈ ਜੀ, ਅੱਗੇ ਬਿਲਕੁਲ ਤਿਆਰ ਪਰ ਤਿਆਰ ਨੌਜਵਾਨ ਖਲੋਤੇ ਨੇ। ਫੈਸਲਾ ਜਨਾਬ ਗੁਲਾਮ ਮੁਹੰਮਦ ਗਾਮੀ ਸਾਹਿਬ ਸਾਹਿਬ ਪਾਕਿਸਤਾਨ ਦੇ ਨਾਂ ਦੇ ਛਿੰਡੇ ਗੱਡੇ ਕੰਨੀ ਵਾਲੇ ਨੌਜਵਾਨ ਨੂੰ ਟੱਚ ਮਾਰਿਆ ਤੇ ਆਓ ਪਿਆ ਜਾ। ਚੱਲ ਸੋਹਣ ਚੱਲ ਅਗਲੀ ਕਬੱਡੀ ਦੇ ਵਾਸਤੇ ਮੁਹੰਮਦ ਮਾਰੂਫ ਦੀ ਪਈ ਹੋਈ ਖੇਡ ਚੱਲ ਬਿਸਮਿਲਲਾ ਜੀ ਬਾਈ ਜੀ ਮੁਹੰਮਦ ਮਾਰੂਫ ਮੁੰਡਾ ਪਿੰਡ ਦੀ ਧਰਤੀ ਹੈ, ਪੁੱਠੀ ਪਾਣੇ ਦੀ ਜਹਾਂਗੀਰ ਦੀ ਧਰਤੀ ਸਮੁੰਦਰੀ ਰੋਡ ਜ਼ਿਲ੍ਹਾ ਫੈਸਲਾਬਾਦ ਆ ਲਓ ਜੀ। ਦੋ ਨੰਬਰ ਤੋਂ ਲੱਗਾ ਨੌਜਵਾਨ ਲੇਖਨ ਨੰਬਰ ਲੈ ਕੇ ਆਓ। ਅਗਲੀ ਕਬੱਡੀ ਪਾਉਣ ਦੇ ਵਾਸਤੇ ਜਨਾਬ ਖੇਡ ਮੈਦਾਨ ਦੇ ਅੰਦਰ ਜਨਾਬ ਮੁਹਤਰਮ ਭਾਈ ਜਨਾਬ ਸ਼ਕੀਲ ਚੁਖੀਆ। ਚੱਲ ਬਿਸਮਿਲਲਾ ਜੀ ਜੀ ਭਾਈ ਜੀ ਸੋਹਣਿਆ ਜੀ ਤਾੜੀਆਂ ਮਾਰੋ ਚੁੱਕੀ ਵਾਸਤੇ। ਮੁਹੰਮਦ ਸ਼ਹਿਬਾਜ਼ ਕਾਦਰੀ ਲੇਖਾਂ ਵਿੱਚ ਵਿਛੋੜੇ ਰਹਿ ਗਏ ਤੇ ਰੋ ਰੋ ਅਥਰੂ ਥੋੜੇ ਰਹਿ ਗਏ, ਇੱਕ ਨਾ ਉਸਨੇ ਮੰਨੀ ਮੇਰੀ ਹੱਥ ਵੀ ਮੇਰੇ ਜੋੜੇ ਰਹਿ ਗਏ। ਬਦਨਾਮ ਜਹਾਨ ਤੇ ਮੈਂ ਹੋਵਾਂ ਜਿੱਦੋ ਸਜਣ ਜਨਾਬ ਦੇ ਹੋਰ ਹੋਵਣ ਕੋੜ ਕੋੜ ਕਿਦਾਈ ਤੇ ਆਂਡਣੇ ਕਿਦਾਈ। ਚੱਲ ਮੈਂ ਫੋਟੋ ਸੁੱਟ ਸਾਲ ਬਣਾਈ ਰੱਖੋ ਮੂਵੀ ਮੇਕਰ ਇਹਨਾਂ ਬਾਈ ਖਲੋ ਤਾੜੀਆਂ ਮਾਰੋ ਮਾਰੋ ਉਸਦੇ ਨਾਂ ਦੇ।
ਜਦੋਂ ਫਰਕ ਨਹੀਂ ਸਜਣਾ ਵੈਰੀਆਂ ਵਿੱਚ ਕੀ ਫਾਇਦਾ ਮੁਹੱਬਤਾਂ ਗਹਿਰੀਆਂ ਵਿੱਚ ਵਾਦਾ ਤੇ ਇੱਕ ਵਫਾ ਨਹੀਂ ਹੋਇਆ ਬੜੀ ਵਫਾ ਸੁਣੀ ਸੀ ਸ਼ਹਿਰੀਆਂ ਵਿੱਚ ਓਏ ਸੌਰਾ ਇਹ ਪੇਕਾ ਨਹੀਂ ਇਕੱਲੇ ਇਕੱਲੇ ਹੋ ਗਿਆ ਉਹ ਸਾਰੇ ਟੱਬਰ ਦਾ ਠੇਕਾ ਨਹੀਂ چل بسونے ਇਰਫਾਨ ਮਾਨਾ ਜੱਟ ਲੁਧਾਣੀਆਂ ਛਪੰਜਾ ਜੀਬੇ ਅਮੀਪੁਰ ਬੰਗਲਾ ਛੋਟਾ ਕਿਆਲੇ ਦੀ ਧਰਤੀ ਪਾਕਿਸਤਾਨ ਦਾ ਮਾਣ ਤੇ ਤੂੰ ਆ ਜਾ ਗਿਆ ਜੀ ਬਾਈ ਜੀ ਕਿਆ ਬਾਤ ਬਿਸਮਿਲਲਾ ਚੱਲ ਬਈ ਅਗਲੀ ਕਬੱਡੀ ਵਾਸਤੇ ਪਹਿਲਾ ਪੌਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਚੱਲ ਬਈ ਚੱਲ ਚੱਲ چار نوجوانوں کی بڑی شکلی ایک دوے تو بعد کے نوجوان کھلوتے ہیں چھا لے کے مارنے کی کوشش لے کے جناب معروف نے تاڑی مار تاڑی بھائی تاڑی اگلی کبڈی کے واسطے جناب شہرام ساجد پٹو چل بھائی بھرلی کڑیے لوئے لوئے جے تو بھانڈا بھرنا شاہ پئی میری شاہ محمد تے گھر جانے نے ڈرنا سینے دے وچ ہاتھ مارے اس کی ہاتھ ہاتھ لاویں جے میں تے فیشن ہے ਕੰਧਾਂ ਤੇ ਗੱਲ ਹੁੰਦੀ ਤੇ ਉੱਥੇ ਮੈਜਿਸਟ੍ਰੇਟ ਹੁੰਦੇ ਚੱਲ ਜੀ ਉਹ ਸੋਹਣਿਆ ਚੱਲ 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 ਉਹ ਮੁਲਕ ਤੁਸੀਂ ਤਾਂ ਚੁੱਪ ਕੀਤੀ ਕਰੋ ਕਿਉਂ ਇਹ ਕੀ ਹੋਇਆ ਜੀ
मिठे मिठे बोले तो खुश हो गए, 1000 रुपए की अनौसर हौसला अफजाई कल की और अज की, यानी 500-500 रुपया एक दिन का तेरे पक्षी पौना पौना। चलो खैर कोई गल नहीं, राह है, चल भी सुने। इस वे खेड मैदान के अंदर रफीक चुखिया, ये चुखिया चुखिया का मतलब है चौथा कपूर है। बाली चुखिया बाली उस्ताद शहबाज अली बंदेशे का स्टेडियम है शगे 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 जेड़ा इन शहबाज शहर दूसरे शहर आम साजिद भट्टो डक लवे सजाद अली 500 रुपया इनाम होगा जी, भाई नहीं तो 500 शहर आम साजिद भट्टो आबद संगेड़े ने डक लगा दी 500 ਸਾਡੇ ਘਰ ਜੇ ਦਾਣੇ ਹੁੰਦੇ ਅਸੀਂ ਵੀ ਬੜੇ ਸਿਆਣੇ ਹੁੰਦੇ ਕਾਰਟਨ ਸ਼ਾਟਨ ਪਾ ਕੇ ਰੱਖਦੇ ਪਿਸਟਲ ਸ਼ਿਸਟਲ ਲਾ ਕੇ ਰੱਖਦੇ ਲੋਕੀ ਸਾਨੂੰ ਚੌਧਰੀ ਕਹਿੰਦੇ ਸ਼ਾਮ ਨੂੰ ਸਾਡੇ ਪੈਂਦੀ ਰਹਿੰਦੇ ਸਾਰੇ ਕੱਲੇ ਕੰਮ ਹੁੰਦੇ नौजवान की होगी टक्कर शहराम चल भी बटो, कल भी बटो जिंदा था आज भी बटो जिंदा है। अच्छा जी एक पास उठ जी डगर निके जे गल का राजा है जोर मित्रो जित के नहीं जाता एक होर मित्रो सब बेलिया गल समझा रखी वे मैं तेरे उत्ते शर्तां ने ला रखिया जी जी रफीक चुखिया बड़ी मेहरबानी रफीक चुखिया की पई हुई खेल आए नहीं नहीं सोया नहीं